ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੀ ਸਰੋਤਿਆਂ ਨੂੰ ਜੀ ਆਇਆਂ ਨੂੰ ਮਾਤਮ ਚ ਬਦਲੀਆਂ ਵੀਜ਼ਾ ਆਉਣ ਦੀਆਂ ਖੁਸ਼ੀਆਂ ਸੜਕਾਸ ਦੀ ਵਿੱਚ ਲੈਕਚਰਾਰ ਔਰਤ ਦੀ ਮੌਤ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ਿਰਗਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਅੰਮ੍ਰਿਤਸਰ ਨੈਸ਼ਨਲ ਹਾਈਵੇ 43 ਤੇ ਗਰੋਈਆਂ ਚ ਬਾਣ ਥਾਣੇ ਦੇ ਸਾਹਮਣੇ ਹੋਲ ਤੇ ਭਾਨਕ ਸੜਕਾ ਹਾਸਾ ਵਾਪਰ ਗਿਆ ਸਾਸੀ ਦੋ ਕਾਰਨ ਦੇ ਆਪਸ ਦੇ ਵਿੱਚ ਭਾਨਕ ਟੱਕਰ ਹੋ ਗਈ ਇਹ ਸਾਸੀ ਦੇ ਵਿੱਚ ਇੱਕ ਮਹਿਲਾ ਲੈਕਚਰਾਰ ਮਿਨਾਕਸ਼ੀ ਕਾਲਿਆ ਦੀ ਮੌਤ ਹੋ ਗਈ ਜਦ ਕਿ ਉਸ ਦਾ ਪਤੀ ਨੀਰਜ ਸ਼ਰਮਾ ਜੋ ਲੈਕਚਰਾਰ ਹੈ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤੇ ਹਸਪਤਾਲ ਦੇ ਵਿੱਚ ਦਾਖਲ ਹੈ ਪਤਨੀ ਪਤਨੀ ਨੀਰਜ ਸ਼ਰਮਾ ਤੇ ਮਿਨਾਕਸ਼ੀ ਕਾਲਿਆ ਗੁਰੂਆਂ ਦੇ ਬੜਾ ਪਿੰਡ ਦੇ ਸਰਕਾਰੀ ਸਕੂਲ ਚ ਕੈਮਿਸਟਰੀ ਦੇ ਫਿਜ਼ਿਕਸ ਦੇ ਲੈਕਚਰਾਰ ਹਨ ਉਹ ਸਕੂਲ ਛੁੱਟੀ ਤੋਂ ਬਾਅਦ ਫਗਵਾੜਾ ਸਥਿਤ ਆਪਣੇ ਘਰ ਪਰਤ ਰਹੇ ਸਨ ਮਿਲੀ ਜਾਣਕਾਰੀ ਅਨੁਸਾਰ ਲੈਕਚਰਰ ਨੀਰਜ ਸ਼ਰਮਾ ਦਾ ਵਿਦੇਸ਼ ਦਾ ਵੀਜ਼ਾ ਲੱਗਿਆ ਸੀ ਦੋਵੇਂ ਪਤੀ ਪਤਨੀ ਬਹੁਤ ਖੁਸ਼ ਸਨ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਦੀ ਖੁਸ਼ੀਆਂ ਨੂੰ ਨਜ਼ਰ ਲੱਗ ਜਾਵੇਗੀ ਬਾਕੀ ਖਬਰ ਨੂੰ ਅੰਤਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ